ਅਤੇ ਬਾਬਾ ਕਬੀਰ ਸਾਹਿਬ ਜੀ ਦੇ ਜਿਹੜੇ ਕਿੱਤਾ ਹੈ, ਜਿਹੜਾ ਉਹਨਾਂ ਦਾ ਧੰਦਾ ਹੈ, ਉਹਨੂੰ ਦੇਖ ਕੇ ਲੋਕ ਕਹਿੰਦੇ ਨੇ ਜੁਲਾਹਾ ਹੈ। ਅਤੇ ਜੁਲਾਹੇ ਦੇ ਘਰ ਦੇ ਵਿੱਚ ਇੱਕ ਭਗਤ ਕਿਵੇਂ ਪੈਦਾ ਹੋ ਗਿਆ, ਜੁਲਾਹੇ ਦੇ ਘਰ ਦੇ ਵਿੱਚ ਇੱਕ ਸੰਤ ਕਿਵੇਂ ਪੈਦਾ ਹੋ ਗਿਆ, ਨੀਵੀਂ ਜਾਤ ਦੇ ਵਿੱਚ ਇੱਕ ਮਹਾਂਪੁਰਸ਼ ਨੇ ਜਨਮ ਕਿੱਦਾਂ ਲੈ ਲਿਆ, ਇਹ ਬੜੀ ਵੱਡੀ ਗੱਲ ਸੀ ਉਸ ਟਾਈਮ ਦੀ। ਅਤੇ ਤੁਹਾਡੇ ਨਾਲ ਮੈਂ ਇੱਕ ਵਿਚਾਰ ਉਹਨਾਂ ਦੀ ਸ਼ੇਅਰ ਵੀ ਕੀਤੀ ਸੀ, ਜਿਹਦੇ ਵਿੱਚ ਬਾਬਾ ਕਬੀਰ ਸਾਹਿਬ ਨੇ ਬਾ ਕਮਾਲ ਇਹ ਗੱਲ ਆਖੀ ਸੀ। ਕਹਿੰਦੇ ਨੇ, ਜੇ ਤੂੰ ਆਪਣੇ ਆਪ ਨੂੰ ਉੱਚ ਜਾਤੀ ਦਾ ਅਖਵਾਉਣਾ, ਮੈਨੂੰ ਨੀਵੀਂ ਜਾਤੀ ਦਾ ਆਖਦਾ ਹੈ, ਤਾਂ ਮੈਨੂੰ ਕੇਵਲ ਇੰਨਾ ਜਵਾਬ ਦੇ, ਹਮਕਤ ਲੋਹੂ ਤੁਮਕਤ ਦੂਤ, ਇੰਨਾ ਜਵਾਬ ਦੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੇਰੀ ਮਾਂ ਬ੍ਰਾਹਮਣੀ ਹੈ ਅਤੇ ਬ੍ਰਾਹਮਣੀ ਦੀ ਕੁੱਲ ਕੁੱਖ ਦੇ ਵਿੱਚੋਂ ਤੂੰ ਬ੍ਰਾਹਮਣ ਹੋ ਕੇ ਪੈਦਾ ਹੋਇਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਜਿਸ ਰਸਤੇ 'ਤੇ ਮੈਂ ਆਇਆ, ਜਿਸ ਰਸਤੇ ਥਾਣੀ ਮੈਂ ਆਇਆ ਦੁਨੀਆਂ 'ਚ, ਉਹੀ ਰਸਤਾ ਦੁਨੀਆਂ ਵਿੱਚ ਆਉਣ ਦਾ ਤੇਰਾ ਹੈ। ਤੁਸੀਂ ਅਰਥ ਪੜ੍ਹ ਕੇ ਵੇਖ ਲਿਓ, ਇਹੀ ਹੈ ਬਿਲਕੁਲ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੂੰ ਬ੍ਰਾਹਮਣੀ ਦਾ ਬ੍ਰਾਹਮਣ ਲੜਕਾ ਹੈ, ਤਾਂ ਆਨ ਬਾਟ ਕਾਹੇ ਨਹੀਂ ਆਇਆ, ਅਤੇ ਹੋਰ ਰਸਤੇ ਕਿਉਂ ਨਹੀਂ ਆ ਗਿਆ। ਉਸੇ ਰਸਤੇ ਮੈਂ ਆਇਆ, ਜਿਸ ਰਸਤੇ ਜਿਸ ਤਰੀਕੇ ਨਾਲ ਰੱਬ ਨੇ ਤੈਨੂੰ ਪੈਦਾ ਕੀਤਾ, ਤਾਂ ਫਿਰ ਮੈਨੂੰ ਇੰਨਾ ਜਵਾਬ ਦੇ ਕਿ ਜੇ ਤੇਰੇ ਦੇ ਤੇਰੇ ਵਿੱਚ ਲਹੂ ਚੱਲਦਾ ਹੈ, ਮੇਰੇ ਵਿੱਚ ਵੀ ਲਹੂ ਹੈ। ਜੇ ਮੇਰੇ 'ਚ ਖੂਨ ਚੱਲ ਰਿਹਾ ਅਤੇ ਮੈਂ ਨੀਵੀਂ ਜਾਤ ਵਾਲਾ ਹੈ ਅਤੇ ਉੱਚੀ ਜਾਤ ਵਾਲਾ ਹੈ ਤੂੰ, ਤਾਂ ਤੇਰੇ ਵਿੱਚ ਦੁੱਧ ਕਿਉਂ ਨਹੀਂ ਚੱਲਦਾ? ਹਮਕਤ ਲੋਹੂ ਤੁਮਕਤ ਦੂਤ, ਤੇਰੇ 'ਚ ਦੁੱਧ ਚੱਲਦਾ ਹੈ। ਸੋ ਬਾਬਾ ਕਬੀਰ ਸਾਹਿਬ ਇੰਨੇ ਕ੍ਰਾਂਤੀਕਾਰੀ ਸਨ, ਜਦੋਂ ਆਪਾਂ ਉਹਨਾਂ ਦੀ ਪਾਵਨ ਰਚਨਾ ਨੂੰ ਪੜ੍ਹਦੇ ਹਾਂ ਤਾਂ ਤੁਹਾਡੀ ਰੂਹ ਕੰਬਦੀ ਹੈ ਕਿ ਇੱਕ ਬੰਦਾ ਉੱਠ ਕੇ ਖੜਾ ਹੁੰਦਾ ਹੈ ਸਮਾਜ ਦੇ ਖਿਲਾਫ, ਕਿਉਂਕਿ ਸਮਾਜ ਉਹਦੇ ਨਾਲ ਧੱਕਾ ਕਰਦਾ ਹੈ, ਸਮਾਜ ਉਹਨੂੰ ਦੁੱਖ ਦਿੰਦਾ ਹੈ, ਸਮਾਜ ਉਹਨੂੰ ਬੁਰਾ ਭਲਾ ਆਖਦਾ ਹੈ, ਅਤੇ ਬਾਬਾ ਕਬੀਰ ਸਾਹਿਬ ਜੀ ਖੜ੍ਹੇ ਹੋ ਜਾਂਦੇ, ਕਹਿੰਦੇ ਮੈਂ ਡਰਨ ਵਾਲਾ ਨਹੀਂ ਹੈ, ਤੁਸੀਂ ਲੱਖ ਵਾਰੀ ਮੈਨੂੰ ਕੋਸ਼ਿਸ਼ ਕਰੋ, ਤੁਸੀਂ ਲੱਖ ਵਾਰੀ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰੋ, ਆਪਣੇ 'ਤੇ ਜਜ਼ਬ ਕਰਨ ਦੀ ਕੋਸ਼ਿਸ਼ ਕਰੋ, ਮਰਜ਼ ਕਰਨ ਦੀ ਕੋਸ਼ਿਸ਼ ਕਰੋ, ਪਰ ਮੈਂ ਇੱਦਾਂ ਹੋਣ ਵਾਲਾ ਨਹੀਂ, ਕਿਉਂਕਿ ਮੇਰੀ ਇੱਕ ਵੱਖਰੀ ਆਈਡੈਂਟੀ ਹੈ, ਮੈਂ ਤੁਹਾਡੇ 'ਚ ਮਰਜ਼ ਕਿਵੇਂ ਹੋ ਜਾਵਾਂ, ਮੈਂ ਤੁਹਾਡੇ 'ਚ ਕਿਵੇਂ ਖਤਮ ਹੋ ਜਾਵਾਂ। ਸੋ ਬਾਬਾ ਕਬੀਰ ਸਾਹਿਬ ਨੂੰ ਸਮੇਂ ਦੀ ਹਕੂਮਤ ਨੇ ਦੁੱਖ ਦਿੱਤੇ, ਕਸ਼ਟ ਦਿੱਤੇ, ਸਮੇਂ ਦੀ ਹਕੂਮਤ ਨੇ ਡਰਾਵੇ ਦਿੱਤੇ। ਭਲਾ ਲੋਕ ਡਰਦੇ ਕਿਹਦੇ ਤੋਂ ਹੈ? ਜ਼ਮਾਨਾ ਕਿਹਦੇ ਤੋਂ ਡਰਦਾ ਹੈ? ਉਸ ਬੰਦੇ ਤੋਂ ਡਰਦਾ ਹੈ ਜਿਸ ਬੰਦੇ ਦੀ ਆਵਾਜ਼ ਵਿੱਚ ਦਮ ਹੋਵੇ, ਜਿਹੜਾ ਕੁਝ ਲੋਕਾਂ ਨੂੰ ਨਾਲ ਜੋੜ ਸਕਦਾ ਹੋਵੇ, ਜਿਹੜਾ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੋਵੇ, ਜਿਹੜਾ ਤੁਹਾਡੇ ਸਮਾਜ ਨੂੰ ਕਹਿ ਸਕਦਾ ਹੋਵੇ ਵੀ ਆਹ ਗਲਤ ਹੈ ਅਤੇ ਆਹ ਸਹੀ ਹੈ। ਤਾਂ ਬਾਬਾ ਕਬੀਰ ਸਾਹਿਬ ਤੋਂ ਹਕੂਮਤ ਡਰੀ, ਤਾਂ ਬਾਬਾ ਕਬੀਰ ਸਾਹਿਬ ਤੋਂ ਲੋਕ ਡਰੇ, ਜਿਹੜੇ ਉਸ ਟਾਈਮ ਦੇ ਜਿਨ੍ਹਾਂ ਨੇ ਇੱਕ ਪ੍ਰਾਪੋਗੰਡਾ ਖੜਾ ਕੀਤਾ ਹੋਇਆ ਸੀ ਸਮਾਜ ਦੇ ਵਿੱਚ। ਸੋ ਬਾਬਾ ਕਬੀਰ ਸਾਹਿਬ ਨੂੰ ਰਾਜ ਦਰਬਾਰ ਵਿੱਚ ਬੁਲਾ ਕੇ ਧਮਕੀ ਦਿੱਤੀ ਜਾਂਦੀ ਹੈ ਕਿ ਆਪਣੀ ਜ਼ੁਬਾਨ ਬੰਦ ਕਰ ਲਓ। ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਤੱਕ ਸਰੀਰ ਹੈ ਤਾਂ ਰਹਿਣੀ ਹੈ, ਇਹ ਕਦੇ ਬੰਦ ਨਹੀਂ ਹੋ ਸਕਦੀ, ਸੱਚ ਬੋਲਣਾ ਬੰਦ ਕਰ ਦਿਓ। ਬਾਬਾ ਕਬੀਰ ਸਾਹਿਬ ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਇਹ ਤਾਂ ਹੋਣਾ ਹੀ ਨਹੀਂ। ਸੋ ਬਾਬਾ ਕਬੀਰ ਸਾਹਿਬ ਨੂੰ ਉਸ ਟਾਈਮ ਦੇ ਜਿੰਨੇ ਦੁੱਖ ਤਕਲੀਫਾਂ ਸਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਤਿਹਾਸ ਪੜ੍ਹ ਕੇ ਵੇਖ ਲਿਓ, ਇਤਿਹਾਸ ਜਦੋਂ ਬਾਬਾ ਨਾਮਦੇਵ ਸਾਹਿਬ ਦਾ ਟਾਈਮ ਆਉਂਦਾ ਤੇ ਬਾਬਾ ਨਾਮਦੇਵ ਸਾਹਿਬ ਦੇ ਨਾਲ ਵੀ ਆਹੀ ਕੁਝ ਹੁੰਦਾ, ਬਾਬਾ ਨਾਮਦੇਵ ਸਾਹਿਬ ਦੇ ਨਾਲ ਵੀ ਆਹੀ ਕੁਝ ਹੁੰਦਾ। ਇੱਕ ਟਾਈਮ ਆਉਂਦਾ ਜਦੋਂ ਉਹ ਸੱਚ ਦਾ ਉਪਦੇਸ਼ ਦਿੰਦੇ ਇੱਕ ਮੰਦਰ ਦੇ ਸਾਹਮਣੇ ਪਹੁੰਚਦੇ ਨੇ ਤੇ ਮੰਦਰ ਦੇ ਪੁਜਾਰੀ ਧੱਕੇ ਮਾਰ ਕੇ ਹੇਠਾਂ ਸੁੱਟ ਦਿੰਦੇ ਨੇ ਉਹਨਾਂ ਨੂੰ।
ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤਾ ਜਾਂਦਾ, ਉਹਨਾਂ ਦੇ ਨਾਲ ਮਾਰ ਕੁਟਾਪਾ ਕੀਤਾ ਜਾਂਦਾ, ਬਾਬਾ ਨਾਮਦੇਵ ਸਾਹਿਬ ਫਿਰ ਵੀ ਸ਼ਾਂਤ ਰਹਿੰਦੇ ਨੇ। ਇੱਕ ਟਾਈਮ ਆਉਂਦਾ ਜਦੋਂ ਬਾਬਾ ਨਾਮਦੇਵ ਸਾਹਿਬ ਦੀ ਮਾਂ ਨੂੰ ਵਰਗਲਾ ਕੇ ਕਿਹਾ ਜਾਂਦਾ ਕਿ ਤੇਰਾ ਲੜਕਾ, ਜੇ ਤੂੰ ਚਾਹੁੰਦੀ ਹੈ ਤੇਰਾ ਇਹ ਲੜਕਾ ਰਹੇ, ਤੇਰੀ ਕੁੱਲ ਗਾਂਹ ਚੱਲਦੀ ਰਹੇ, ਤੇ ਆਪਣੇ ਪੁੱਤ ਨੂੰ ਸਮਝਾ ਲੈ। ਤੇ ਮਾਂ ਵਿਚਾਰੀ ਮਮਤਾ ਦੀ ਮਾਰੀ ਹੋਈ ਆਪਣੇ ਪੁੱਤ ਦੇ ਕੋਲ ਆ ਕੇ ਕਹਿੰਦੀ ਹੈ, ਪੁੱਤਰਾ ਫਿਰ ਕੀ ਹੋਇਆ, ਕੋਈ ਨਹੀਂ, ਤੂੰ ਜਿਹੜਾ ਰਾਮ ਰਾਮ ਕਹਿੰਦਾ ਤੂੰ ਅੱਲਾ ਅੱਲਾ ਕਹਿ ਲਿਆ ਕਰ, ਮਤਲਬ ਕਿ ਤੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਉਹਨਾਂ ਦਾ ਨਾਮ ਪਰਮਾਤਮਾ ਦਾ ਨਾਮ ਜਪ ਲਿਆ ਕਰ। ਤੇ ਬਾਬਾ ਜੀ ਬਹੁਤ ਸੋਹਣਾ ਉਪਦੇਸ਼ ਦੇ ਕੇ ਕਹਿੰਦੇ, ਕੋਈ ਗੱਲ ਨਹੀਂ ਇੱਦਾਂ ਦੀ ਮੇਰੇ ਮਨ ਵਿੱਚ, ਮੇਰੇ ਮਨ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈ, ਮੈਂ ਰਾਮ ਅੱਲਾ ਦੇ ਵਿੱਚ ਈਸ਼ਵਰ ਦੇ ਵਿੱਚ ਕੋਈ ਫਰਕ ਭੇਦ ਭਾਵ ਨਹੀਂ ਜਾਣਦਾ, ਕੇਵਲ ਇੰਨੀ ਪ੍ਰੋਬਲਮ ਹੈ ਕਿ ਧੱਕੇ ਨਾਲ ਮੈਂ ਰਾਮ ਨਹੀਂ ਕਹਿਣ ਲੱਗਾ ਤੇ ਧੱਕੇ ਨਾਲ ਮੈਂ ਅੱਲਾ ਨਹੀਂ ਕਹਿਣ ਲੱਗਾ, ਕੋਈ ਸਤਨਾਮ ਧੱਕਾ ਨਹੀਂ ਸਹਿਣ ਕੀਤਾ ਜਾ ਸਕਦਾ। ਉਸ ਟਾਈਮ ਬਾਬਾ ਨਾਮਦੇਵ ਸਾਹਿਬ ਨੂੰ ਵੀ ਦੁੱਖ ਦਿੱਤੇ ਜਾਂਦੇ ਨੇ, ਹਾਥੀ ਹੇਠਾਂ ਸੁੱਟਿਆ ਜਾਂਦਾ ਹੈ, ਬਾਬਾ ਨਾਮਦੇਵ ਸਾਹਿਬ ਦੇ ਸਰੀਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟਾਈਮ ਬਾਬਾ ਕਬੀਰ ਸਾਹਿਬ ਦਾ ਵੀ ਇਹੀ ਹੈ, ਬਾਬਾ ਕਬੀਰ ਸਾਹਿਬ ਦੇ ਨਾਲ ਵੀ ਇਹੀ ਕੁਝ ਹੋਇਆ, ਪਰ ਬਾਬਾ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਨੇ ਕੋਈ ਗੱਲ ਨਹੀਂ, ਮਨ ਨਾ ਡਿੱਗੇ, ਜਿਹੜਾ ਮੇਰਾ ਮਨ ਹੈ ਉਹ ਨਹੀਂ ਡਿੱਗੇਗਾ, ਉਹ ਨਹੀਂ ਖਤਮ ਹੋਏਗਾ, ਜੋ ਮਰਜ਼ੀ ਕਰ ਲਓ, ਮਨ ਨਾ ਡਿੱਗੇ, ਮਨ ਮਾਨਸਿਕ ਤੌਰ 'ਤੇ ਤੁਸੀਂ ਮੈਨੂੰ ਹੇਠਾਂ ਨਹੀਂ ਸੁੱਟ ਸਕਦੇ। ਤਨ ਕਾਹੇ ਕੋ ਡਰਾਏ, ਸਰੀਰ ਨੂੰ ਕਿਉਂ ਡਰਾ ਰਹੇ, ਸਰੀਰ ਤਾਂ ਮਿੱਟੀ ਦਾ ਪੁਤਲਾ ਹੈ, ਜਿਵੇਂ ਗੁਰਬਾਣੀ 'ਚ ਆਖਿਆ ਗਿਆ ਇਹ ਸਰੀਰ ਜਜ਼ਰੀ ਹੈ, ਜਜ਼ਰੀ ਖਤਮ ਹੋਣ ਵਾਲਾ, ਹਮੇਸ਼ਾ ਜੋ ਨਹੀਂ ਰਹਿੰਦਾ, ਇਹ ਸਰੀਰ ਜਜ਼ਰੀ ਹੈ, ਇਸਨੂੰ ਜਰ ਪਹੁੰਚਿਆ ਏ, ਗੁਰਬਾਣੀ 'ਚ ਆਖਿਆ ਗਿਆ ਕਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ, ਕਹਿੰਦੇ ਕੱਚਾ ਭਾਂਡਾ ਹੈ, ਅੱਜ ਵੀ ਟੁੱਟਿਆ ਕੱਲ ਵੀ ਟੁੱਟਿਆ। ਤੇ ਇਹੀ ਸਾਰਾ ਕੁਝ ਹੋਇਆ ਕਿਹਨਾਂ ਦੇ ਨਾਲ, ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦਾਂ ਨਾਲ। ਫਰਜ਼ੰਦ ਸਮਝਦੇ ਹੋ ਜੀ, ਫਰਜ਼ੰਦ ਦਾ ਮਤਲਬ ਪੁੱਤਰ, ਔਲਾਦ, ਸਾਹਿਬਜ਼ਾਦੇ, ਜ਼ਾਦੇ ਦਾ ਮਤਲਬ ਔਲਾਦ ਹੀ ਹੁੰਦਾ, ਜਿਹਨੇ ਜਾਇਆ, ਮੇਰੇ ਸਾਹਿਬ ਦੇ ਜ਼ਾਦੇ, ਸਾਹਿਬ ਕਲਗੀਆਂ ਵਾਲਾ ਜ਼ਾਦੇ ਉਹਦੇ ਪੁੱਤਰ, ਇਹ ਹੁੰਦਾ ਸਾਹਿਬਜ਼ਾਦੇ ਦਾ ਮਤਲਬ। ਤੇ ਮੇਰੇ ਬਾਪੂ ਦੇ ਬੱਚਿਆਂ ਦੇ ਨਾਲ ਵੀ ਆਹੀ ਕੁਝ ਹੋਇਆ ਸੀ, ਉਹਨਾਂ ਨੂੰ ਵੀ ਜਦੋਂ ਖੜਾ ਕੀਤਾ ਗਿਆ ਨੀਹਾਂ ਦੇ ਵਿੱਚ ਚਿੰਦੇ ਲਈ ਖੜਾ ਕੀਤਾ ਗਿਆ, ਤੇ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਹੋ ਜਾਓ, ਅਜੇ ਵੀ ਮੰਨ ਜਾਓ, ਅਜੇ ਵੀ ਮੰਨ ਜਾਓ, ਅਜੇ ਵੀ ਸਾਡੇ ਆਖੇ ਲੱਗ ਜਾਓ। ਤਾਂ ਉਹਨਾਂ ਨੇ ਇਹ ਗੱਲ ਕਹੀ ਸੀ, ਇੱਦਾਂ ਹੋ ਨਹੀਂ ਸਕਦਾ, ਸਰੀਰ ਹੈ ਖਤਮ ਕਰ ਲਓ, ਕੋਈ ਗੱਲ ਨਹੀਂ। ਤੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਵਜ਼ੀਰਿਆ ਅੱਜ ਤੇਰੀ ਹਕੂਮਤ ਹੈ ਮਿੱਤਰਾ, ਤੇ ਤੇਰੀ ਹਕੂਮਤ ਕੱਲ੍ਹ ਨੂੰ ਖਤਮ ਵੀ ਹੋਣੀ ਹੈ, ਪਰ ਜਿਸ ਦਿਨ ਤੇਰੀ ਹਕੂਮਤ ਖਤਮ ਹੋਈ ਲੋਕਾਂ ਨੇ ਤੈਨੂੰ ਪੁੱਛਣਾ ਨਹੀਂ, ਤੇ ਜਿਸ ਜਗ੍ਹਾ ਤੇ ਸਾਨੂੰ ਦੁੱਖ ਦੇ ਕੇ ਸਾਡਾ ਲਹੂ ਰੋੜ ਕੇ ਮਾਰਨ ਦੀ ਕੋਸ਼ਿਸ਼ ਕਰਨ ਲੱਗਾ, ਸਦੀਆਂ ਗੁਜ਼ਰ ਜਾਣਗੀਆਂ, ਇੱਥੇ ਲੋਕ ਆ ਆ ਕੇ ਨਮਸਕਾਰਾਂ ਕਰਦੇ ਰਹਿਣਗੇ, ਤੇ ਇਹੀ ਜਗ੍ਹਾ ਇੱਕ ਦਿਨ ਫਤਿਹਗੜ੍ਹ ਸਾਹਿਬ ਬਣੇਗੀ, ਆਖੋ ਸਤਨਾਮ। ਤੇ ਅੱਜ ਵੀ ਹੈ, ਅੱਜ ਵੀ ਹੈ, ਕਿੰਨਾ ਟਾਈਮ ਹੋ ਗਿਆ, ਕਿੰਨਾ ਕਿੰਨਾ ਵਕਤ ਲੰਘ ਗਿਆ, ਉਹਨਾਂ ਦੇ ਸਰੀਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਾਂ ਖਤਮ ਹੋ ਗਏ, ਕਿਸ ਤਰ੍ਹਾਂ ਮਾਰਿਆ ਬਾਅਦ ਵਿੱਚ ਉਹਨੂੰ, ਆਪਾਂ ਸਾਰੇ ਜਾਣਦੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਖਤਮ ਕੀਤਾ, ਕਿਵੇਂ ਘੋੜੇ ਦੇ ਪਿੱਛੇ ਬੰਨ ਕੇ ਧੂ ਧੂ ਕੇ ਉਸ ਪਾਪੀ ਦਾ ਅੰਤ ਕੀਤਾ। ਤੇ ਉਹੀ ਜਗ੍ਹਾ, ਉਹੀ ਅਸਥਾਨ, ਉਹੀ ਮਿੱਟੀ ਜਿੱਥੇ ਉਹ ਖੜਾ ਹੋ ਕੇ ਮੁੱਛਾਂ ਤੇ ਤਾ ਦੇ ਕੇ ਸ਼ਾਇਦ ਕਹਿੰਦਾ ਹੋਵੇ ਕਿ ਇੱਥੇ ਪੱਤਾ ਵੀ ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਹਿਲਦਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਹੀ ਧੂ ਧੂ ਕੇ ਮਾਰ ਕੇ ਉਹਨੂੰ ਕਿਹਾ ਸੀ ਕਿ ਮੂਰਖਾ ਤੇਰੇ ਵਰਗੇ ਸੌ ਆਏ, ਤੇਰੇ ਵਰਗੇ ਸੌ ਗਏ,
ਇੱਥੇ ਤਾਂ ਸਿਕੰਦਰ ਵਰਗਾ ਪੂਰੀ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਕਰਦਾ ਆਖਰੀ ਦਮ ਆਪਣਾ ਖਤਮ ਕਰਕੇ ਸਮੁੰਦਰ ਦੇ ਵਿੱਚ ਹੀ ਧਰਤੀ ਤੇ ਵੀ ਨਹੀਂ ਸੀ ਪਹੁੰਚਿਆ, ਖਤਮ ਕਰਕੇ ਇਹ ਗੱਲ ਕਹਿ ਕੇ ਚਲਾ ਗਿਆ ਕਿ ਸਿਕੰਦਰ ਕੇ ਹੌਂਸਲੇ ਬੜੇ ਆਲੀ ਥੇ, ਜਬ ਜਹਾਂ ਸੇ ਗਿਆ ਦੋਨੋਂ ਹੱਥ ਖਾਲੀ ਥੇ, ਕਿਉਂਕਿ ਜਿਹੜਾ ਕਫਨ ਹੁੰਦਾ ਨਾ ਉਹਨੂੰ ਜੇਬ ਨਹੀਂ ਲੱਗਦੀ, ਨਹੀਂ ਤੇ ਬੰਦਾ ਕੋਸ਼ਿਸ਼ ਕਰੇ ਨਾ ਲੈ ਕੇ ਚਲਾ ਜਾਵੇ ਕੁਛ, ਤੇ ਪੂਰੀ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਵਾਲੇ ਵੀ ਖਤਮ ਹੋ ਕੇ ਚਲੇ ਗਏ ਇੱਥੋਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮੂਰਖੋ ਤੁਸੀਂ ਹੈ ਹੀ ਕੀ ਹੋ ਜੋ ਮੈਨੂੰ ਖਤਮ ਕਰ ਲਓਗੇ, ਮੈਨੂੰ ਮਾਰ ਲਓਗੇ, ਇੱਥੇ ਤਾਂ ਤੁਹਾਡੇ ਵਰਗੇ ਕਈ ਆਏ ਤਾਂ ਕਈ ਗਏ, ਤੁਹਾਡੀ ਹਕੂਮਤ ਅੱਜ ਆ ਕੱਲ ਨਹੀਂ ਰਹਿਣੀ, ਲੇਕਿਨ ਕਬੀਰ ਦਾ ਨਾਮ ਅੱਜ ਵੀ ਹੈ ਤੇ ਕਬੀਰ ਦਾ ਨਾਮ ਕੱਲ ਵੀ ਰਹੇਗਾ। ਤੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਇਹ ਤਾਂ ਕਿਹਾ ਸੀ ਕੋਈ ਨਹੀਂ ਮੈਨੂੰ ਮੈਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗਾ ਨਾ ਤੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਕੇ ਨਾਨਕ ਦੇ ਹੈਸੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਲੱਗਾ ਨਾ ਤੂੰ, ਤੂੰ ਅੱਜ ਵੀ ਖਤਮ, ਤੂੰ ਕੱਲ ਵੀ ਖਤਮ, ਨਾਨਕ ਅੱਜ ਵੀ ਹੈ ਤੇ ਨਾਨਕ ਕੱਲ ਵੀ ਹੈ, ਉਹ ਖਤਮ ਨਹੀਂ ਹੋਣਾ। ਤੇ ਬਾਬਾ ਕਬੀਰ ਸਾਹਿਬ ਨੇ ਕੀ ਕਿਹਾ, ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬੰਦ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ, ਚਰਨ ਕਮਲ ਚਿਤ ਰਹਿਓ ਸਮਾਏ। ਕਹਿੰਦੇ ਭਾਵੇਂ ਉਹ ਗੰਗਾ ਦੀਆਂ ਲਹਿਰਾਂ ਹੋਣ, ਚਾਹੇ ਤੁਹਾਡੀ ਆਪਣੀ ਵਿਚਾਰਧਾਰਾ ਰੂਪ ਗੰਗਾ ਦੀਆਂ ਲਹਿਰਾਂ ਹੋਣ, ਪਰ ਮੂਰਖੋ ਤੁਸੀਂ ਮੈਨੂੰ ਆਪਣੀ ਵਿਚਾਰਧਾਰਾ ਦੇ ਅਧੀਨ ਵੀ ਖਤਮ ਨਹੀਂ ਕਰ ਸਕਦੇ, ਤੇ ਤੁਸੀਂ ਮੈਨੂੰ ਸਰੀਰਕ ਤੌਰ ਤੇ ਦੁੱਖ ਦੇ ਕੇ ਮੇਰੀ ਵਿਚਾਰਧਾਰਾ ਨੂੰ ਵੀ ਖਤਮ ਨਹੀਂ ਕਰ ਸਕਦੇ, ਚਾਹੇ ਮੈਨੂੰ ਜੰਜੀਰਾਂ ਬੰਨ ਬੰਨ ਕੇ ਸਰੀਰਕ ਤੌਰ ਤੇ ਦੁੱਖ ਦੇਣ ਦੀ ਕੋਸ਼ਿਸ਼ ਕਰੋ, ਮੈਂ ਤਾਂ ਵੀ ਡਰਨ ਵਾਲਾ ਨਹੀਂ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਵੇਂ ਆਪਣੀਆਂ ਵਿਚਾਰਧਾਰਾ ਦੀਆਂ ਜੰਜੀਰਾਂ ਬੰਨ ਬੰਨ ਕੇ ਆਪਣੀਆਂ, ਗੱਲ ਸਮਝਿਓ ਬੜੀ ਟਿਕਾਣੇ ਤੇ ਗੱਲ ਆਈ ਬਾਬਾ ਕਬੀਰ ਸਾਹਿਬ ਨੇ, ਕਿ ਆਪਣੀਆਂ ਵਿਚਾਰਧਾਰਾ ਦੀਆਂ ਜੰਜੀਰਾਂ ਬੰਨ ਬੰਨ ਕੇ ਮੈਨੂੰ ਆਪਣੀ ਵਿਚਾਰਧਾਰਾ ਰੂਪ ਗੰਗਾ 'ਚ ਸੁੱਟਣ ਦੀ ਕੋਸ਼ਿਸ਼ ਕਰੋ। ਕਬੀਰ ਤਦ ਵੀ ਹੈ, ਕਬੀਰ ਤਦ ਵੀ ਰਹੇਗਾ, ਅੱਜ ਵੀ ਰਹੇਗਾ, ਕਿਉਂਕਿ ਤੁਹਾਡੀ ਵਿਚਾਰਧਾਰਾ ਮੇਰੀ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕਦੀ, ਕਿਉਂਕਿ ਤੇਰੀ ਵਿਚਾਰਧਾਰਾ ਝੂਠ ਤੇ ਟਿੱਕੀ ਹੈ, ਮੇਰੀ ਵਿਚਾਰਧਾਰਾ ਦਾ ਆਧਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਤੂੰ ਮੈਨੂੰ ਖਤਮ ਨਹੀਂ ਕਰ ਸਕਦਾ, ਤੂੰ ਮੈਨੂੰ ਡਲਾ ਨਹੀਂ ਸਕਦਾ। ਤੇ ਬਾਬਾ ਕਬੀਰ ਸਾਹਿਬ ਨੇ ਜਿਹੜੀ ਕਮਾਲ ਦੀ ਗੱਲ ਆਖੀ, ਮਨ ਨਾ ਡਿੱਗੈ, ਮਨ ਤਾਂ ਮੇਰਾ ਡਿੱਗਦਾ ਨਹੀਂ, ਮਨ ਤਾਂ ਮੇਰਾ ਖਤਮ ਨਹੀਂ ਹੋਣ ਵਾਲਾ ਮੂਰਖਾ, ਤਨ ਕਾਹੇ ਕੋ ਡਰਾਏ, ਫਿਰ ਤੁਸੀਂ ਮੇਰੇ ਸਰੀਰ ਨੂੰ ਦੁੱਖ ਦੇ ਕੇ ਕੀ ਕਰ ਲਓਗੇ, ਭੁੱਖਾ ਮਾਰ ਲਓਗੇ ਕੋਈ ਨਹੀਂ, ਮੇਰਾ ਪਾਣੀ ਬੰਦ ਕਰ ਦੋਗੇ ਕੋਈ ਨਹੀਂ, ਮੇਰੀ ਰੋਟੀ ਦਾ ਆਧਾਰ ਖਤਮ ਕਰ ਦੋਗੇ ਕੋਈ ਨਹੀਂ, ਮੇਰੇ ਬੱਚਿਆਂ ਨੂੰ ਕਸ਼ਟ ਦੇਣ ਦੀ ਕੋਸ਼ਿਸ਼ ਕਰੋਗੇ ਕੋਈ ਨਹੀਂ, ਮੇਰੇ ਘਰ ਨੂੰ ਅੱਗ ਵੀ ਲਗਾ ਦੋਗੇ ਕੋਈ ਵੀ ਨਹੀਂ, ਆਹੀ ਗੱਲਾਂ ਹੁੰਦੀਆਂ ਸੀ, ਲੇਕਿਨ ਮੈਂ ਡੋਲਣ ਵਾਲਾ ਨਹੀਂ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਤੇ ਕਬੀਰ ਸਾਹਿਬ ਨੇ ਕਿਹਾ ਮੇਰਾ ਤਾਂ ਜਿਹੜਾ ਚਿੱਤ ਹੈ ਪਰਮਾਤਮਾ ਦੇ ਚਰਨਾਂ ਰੂਪ ਕਮਲ ਦੇ ਵਿੱਚ ਸਮਾ ਗਿਆ। ਕਮਲ ਕਿਉਂ ਆਖਿਆ ਭਲਾ, ਕਮਲ ਕਮਲ ਦੇ ਵਿੱਚ ਜਦੋਂ ਭੌਰਾ ਜਾਂਦਾ ਨਾ ਉਹਦੀ ਸੁਗੰਧੀ ਲੈਣ ਵਾਸਤੇ,
ਅਤੇ ਕਈ ਵਾਰ ਸੁਗੰਧੀ ਲੈਂਦਾ ਲੈਂਦਾ ਭੌਰਾ ਇੰਨਾ ਜ਼ਿਆਦਾ ਉਹਦੇ ਵਿੱਚ ਮਸਤ ਹੋ ਜਾਂਦਾ ਕਿ ਸ਼ਾਮ ਨੂੰ ਜਦੋਂ ਸੂਰਜ ਚੜ੍ਹਦਾ ਅਤੇ ਕਮਲ ਖਿੜਦਾ ਆਪਣੀਆਂ ਪੱਤੀਆਂ ਖਿਲਾਰਦਾ। ਪਰ ਜਿਸ ਟਾਈਮ ਸੂਰਜ ਛਿਪਦਾ ਅਤੇ ਕਮਲ ਦਾ ਜਿਹੜਾ ਫੁੱਲ ਹੈ ਉਹਦੀ ਇੱਕ ਆਪਣੀ ਖਾਸੀਅਤ ਹੈ, ਉਹਦਾ ਸੁਭਾਅ ਹੈ ਕਿ ਉਹ ਬੰਦ ਹੋ ਜਾਂਦਾ ਅਤੇ ਵਿੱਚ ਜਿਹੜਾ ਭੌਰਾ ਹੁੰਦਾ ਉਹ ਸੁਗੰਧੀ ਲੈ ਕੇ ਬਿਲਕੁਲ ਮਸਤ ਹੁੰਦਾ ਅਤੇ ਪਤਾ ਨਹੀਂ ਕਿਹੜੇ ਵਕਤ ਸੂਰਜ ਡੁੱਬਦਾ ਅਤੇ ਕਿਹੜੇ ਵਕਤ ਕਮਲ ਬੰਦ ਹੋ ਜਾਂਦਾ ਅਤੇ ਭੌਰਾ ਉਹਦੇ ਅੰਦਰ ਰਹਿ ਜਾਂਦਾ। ਬਾਬਾ ਕਬੀਰ ਸਾਹਿਬ ਨੇ ਕਿਹਾ ਮੈਂ ਤਾਂ ਭੌਰਾ ਹਾਂ, ਵਾਹਿਗੁਰੂ ਦੇ ਚਰਨ ਕਮਲ ਬਰਾਬਰ ਨੇ ਅਤੇ ਮੈਂ ਉਹਦੇ ਵਿੱਚ ਹੋਣ ਦਾ ਨਹੀਂ, ਬੜੇ ਲੰਮੇ ਟਾਈਮ ਤੋਂ ਸਮਾ ਚੁੱਕਾ, ਖਤਮ ਹੋ ਚੁੱਕਾ, ਮੇਰਾ ਆਪਣਾ ਆਪ ਖਤਮ ਹੋ ਚੁੱਕਾ ਅਤੇ ਤੂੰ ਮੈਨੂੰ ਕੀ ਖਤਮ ਕਰਨ ਦੀ ਕੋਸ਼ਿਸ਼ ਕਰੇਗਾ, ਮੈਂ ਤਾਂ ਲੰਮੇ ਟਾਈਮ ਪਹਿਲਾਂ ਹੀ ਖਤਮ ਹੋ ਗਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਉਹ ਜ਼ੰਜੀਰਾਂ ਤਾਂ ਮੈਂ ਬੜੇ ਲੰਮੇ ਟਾਈਮ ਤੋਂ ਤੋੜ ਦਿੱਤੀਆਂ, ਹੁਣ ਦੁਗਲਾ ਲੈ ਕੇ ਚੱਲਿਓ, ਮਾਨਸਿਕ ਕਸ਼ਟ ਅਤੇ ਸਰੀਰਕ ਕਸ਼ਟ, ਜਿਹੜੇ ਸਰੀਰ ਦੇ ਕਸ਼ਟ ਨੇ ਜੇ ਉਹ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਵੀ ਮੈਂ ਡਰਨਾ ਨਹੀਂ, ਅਤੇ ਜੇ ਗੰਗਾ ਕੀ ਲਹਿਰ ਤੇਰੀ ਵਿਚਾਰਧਾਰਾ ਦੀਆਂ ਜਿਹੜੀਆਂ ਜ਼ੰਜੀਰਾਂ ਨੇ ਉਹ ਵੀ ਮੈਂ ਤੈਨੂੰ ਤੇਰੇ ਸਾਹਮਣੇ ਤੋੜ ਕੇ ਦਿਖਾਵਾਂਗਾ, ਕਿਉਂਕਿ ਮੈਂ ਮੰਨਦਾ ਹੀ ਨਹੀਂ, ਮੈਂ ਤੇਰੀ ਵਿਚਾਰਧਾਰਾ ਨੂੰ ਮੰਨਦਾ ਹੀ ਨਹੀਂ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਤੇ ਮੈਂ ਕਬੀਰ ਤਾਂ ਮ੍ਰਿਗਸ਼ਾਲਾ ਦੇ ਉੱਤੇ ਬੈਠ ਕੇ ਤਰਾਂਗਾ। ਪਾਣੀ ਤਾਂ ਹਰ ਬੰਦੇ ਨੂੰ ਡੁਬੋ ਸਕਦਾ ਹੈ, ਪਾਣੀ ਹਰ ਬੰਦੇ ਨੂੰ ਖਤਮ ਕਰ ਸਕਦਾ ਹੈ, ਪਰ ਬਾਬਾ ਕਬੀਰ ਸਾਹਿਬ ਕਹਿੰਦੇ ਮੇਰੀ ਵਿਚਾਰਧਾਰਾ ਮ੍ਰਿਗਸ਼ਾਲਾ ਦੀਆਂ ਲਹਿਰਾਂ, ਗੰਗਾ ਦੀਆਂ ਲਹਿਰਾਂ ਦੇ ਉੱਤੇ ਮ੍ਰਿਗਸ਼ਾਲਾ ਬਣ ਕੇ ਤਰੇਗੀ, ਮੈਂ ਖਤਮ ਹੋਣ ਵਾਲਾ ਨਹੀਂ ਹੈ, ਮੈਨੂੰ ਮੁਕਾਉਣ ਵਾਲੇ ਨਹੀਂ ਤੁਸੀਂ। ਸੱਚ ਹੈ, ਵੇਖ ਲਓ ਕਿੰਨੀਆਂ ਸਦੀਆਂ ਬਤੀਤ ਹੋ ਗਈਆਂ ਬਾਬਾ ਕਬੀਰ ਸਾਹਿਬ ਨੂੰ, ਅੱਜ ਵੀ ਆਪਾਂ ਨਾਮ ਲੈਂਦੇ ਹਾਂ, ਅੱਜ ਵੀ ਉਹਨਾਂ ਦੇ ਬੱਚੇ ਪੜ੍ਹਦੇ ਤੇ ਸਿਰ ਚੁੱਕਦਾ ਨਾ, ਕਹਿੰਦੇ ਏਦਾਂ ਨਹੀਂ ਮੈਂ ਖਤਮ ਹੋਣ ਲੱਗਾ। ਕਹੇ ਕਬੀਰ ਕੋ ਸੰਗ ਨਾ ਸਾਥ, ਕਹਿੰਦੇ ਕੋਈ ਗੱਲ ਨਹੀਂ, ਜਿਹੜੇ ਤੁਹਾਡੇ ਕਰਮ ਕਾਂਡ ਨੇ, ਤੁਹਾਡੇ ਤੁਸੀਂ ਜੋ ਕੁਛ ਮਿੱਥਿਆ, ਤੀਰਥ ਇਸ਼ਨਾਨ ਕਰਮ ਕਾਂਡ ਜੋ ਵੀ ਹੈ, ਉਹਨਾਂ ਵਿੱਚੋਂ ਕੋਈ ਸੰਗੀ ਸਾਥੀ ਨਹੀਂ ਮੇਰਾ ਬਣਨ ਵਾਲਾ, ਤੇ ਜਿਸ ਰਸਤੇ ਮੈਂ ਤੁਰਨ ਲੱਗਾਣਾ ਇਸ ਰਸਤੇ ਤੇ ਨਾਲ ਮੇਰੇ ਖੜਨ ਵਾਲਾ ਵੀ ਕੋਈ ਨਹੀਂ ਹੋਣਾ।